big boy in the setup. Hello. Good evening. This is a, you know, the Kal Chidhani the Badal Pind de vich outside Kal Chidhani village. Palace to Malwa Palace. Malwa Palace. Malwa Palace hai ga. Outside that, this sadak mein itna bada accident hai ga. Bahut itne accident ho raha. Now also stopped on the road. One poor family on a scooter. The father is wounded. The mother is wounded and three small children. All have got wounds and just taking them to Bhatinda Badal Hospital. Please have this poor in the killing done tomorrow. Every day there's an accident here. Kal Chidhani, and there's a marriage palace called Malwa Marriage Palace. And there is a big toa in the sadak. It's so deep that at night when you can't see it, every motorcycle is having an accident. I can even take a picture and WhatsApp it to you. Social media te is video de viral hon to baad Bibi Badal khud hi media de agge aa gaye. Unna akhya ki Bathinda de deputy commissioner South India ne ਤੇ ਉਹਨਾਂ ਨੂੰ ਇੰਗਲਿਸ਼ 'ਚ ਟੋਆ ਕਿਸ ਤਰ੍ਹਾਂ ਸਮਝਾਉਂਦੇ ਇਹ ਉਹਨਾਂ ਨੂੰ ਮੌਕੇ ਤੇ ਸਮਝ ਨਹੀਂ ਪਿਆ। ਸਾਡੇ ਡੀਸੀ ਸਾਹਿਬ ਨੇ ਇਹ ਮੇਰਾ ਖਿਆਲ ਸਾਊਥ ਇੰਡੀਅਨ ਹੋਣ ਦੇ ਨਾਤੇ ਇਹ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰਦੇ ਨੇ। ਸੋ ਜਦ ਕੋਈ ਅੰਗਰੇਜ਼ੀ 'ਚ ਗੱਲ ਕਰਦਾ ਆਟੋਮੈਟਿਕਲੀ ਜਵਾਬ ਅੰਗਰੇਜ਼ੀ 'ਚ ਨਿਕਲ ਜਾਂਦਾ ਹੈ। ਤੇ ਉਹ ਮੈਨੂੰ ਨਹੀਂ ਪਤਾ ਸੀ ਹੁਣ ਟੋਏ ਨੂੰ ਮੈਂ ਅੰਗਰੇਜ਼ੀ 'ਚ ਉਹਨੂੰ ਕਿਵੇਂ ਸਮਝਾਵਾਂ, ਜਿੱਦ ਕਰਕੇ ਮੈਂ ਕਿਹਾ ਕਿ ਟੋਆ ਬਟ ਦਾ ਮੇਨ ਚੀਜ਼ ਇੱਥੇ ਹਸਨ ਦੀ ਗੱਲ ਟੋਏ ਦੀ ਗੱਲ ਨਹੀਂ ਹੈ। ਜਿਹੜੀ ਸੰਜੀਦ ਸੰਜੀਦਗੀ ਦਾ ਤੇ ਦੁੱਖ ਦੀ ਗੱਲ ਹੈ ਕਿ ਅੱਜ ਸੜਕਾਂ ਦਾ ਇੰਨਾ ਮਾੜਾ ਹਾਲ ਹੈਗਾ, ਇੰਨੇ ਵੱਡੇ ਵੱਡੇ ਟੋਏ ਸਾਰੇ ਸੜ ਜੇ ਤੇ ਉਹ ਵੀ ਉਹ ਸੜ ਜੇ ਜਿੱਥੇ ਵਿੱਤ ਮੰਤਰੀ ਦਾ ਘਰ ਦੇ ਰਸਤੇ 'ਚ ਰਾਹ 'ਚ ਆਉਂਦਾ ਹੈ, ਜਿਹਦੇ ਕੋਲ ਸਾਰੇ ਖਜ਼ਾਨੇ ਦੀ ਚਾਬੀ ਹੈ। ਹੁਣ ਇੰਨੇ ਵੱਡੇ ਵੱਡੇ ਟੋਇਆਂ 'ਚ ਹਰ ਸ਼ਾਮ ਨੂੰ ਉੱਥੇ ਕਿਸੇ ਨੌਜਵਾਨ ਦਾ, ਕਿਸੇ ਬਜ਼ੁਰਗ ਦਾ, ਕਿਸੇ ਬੱਚੇ ਦਾ ਉੱਥੇ ਐਕਸੀਡੈਂਟ ਹੋ ਰਿਹਾ, ਕਿਉਂਕਿ ਹਨੇਰੇ 'ਚ ਉਹ ਟੋਆ ਜਦ ਨਜ਼ਰ ਨਹੀਂ ਆਉਂਦਾ ਤੇ ਉੱਥੇ ਜਦ ਲੋਕ ਗਏ। ਹੁਣ ਕੱਲ੍ਹ ਮੇਰੀ ਗੱਡੀ 10 ਵਜੇ ਰਾਤ ਨੂੰ ਜਦ ਉੱਥੋਂ ਨਿਕਲ ਰਹੀ ਸੀ, ਇਹ ਸਾਰਾ ਪਰਿਵਾਰ ਸੜਕ 'ਚ ਬੈਠਾ ਹੋਇਆ ਨਜ਼ਰ ਆਇਆ। ਜੇ ਆਪਣੀ ਗੱਡੀਆਂ ਨਹੀਂ ਹੁੰਦੀ ਤਾਂ ਪਤਾ ਨਹੀਂ ਕਿੰਨੇ ਘੰਟੇ ਉੱਥੇ ਬੈਠੇ, ਕਿ 10 ਵਜੇ ਰਾਤ ਨੂੰ ਕੌਣ ਉੱਥੇ ਹੁੰਦਾ ਹੈ। ਜ਼ਖਮੀ ਬੰਦਾ ਵੀ, ਉਹਨਾਂ ਦਾ ਦਾਦਾ ਵੀ ਜ਼ਖਮੀ, ਦਾਦੀ ਵੀ ਜ਼ਖਮੀ, ਤਿੰਨੋਂ ਬੱਚੇ ਨਿੱਕੇ ਨਿੱਕੇ ਬੱਚੇ। ਸੋ ਉਹਨਾਂ ਨੂੰ ਰੋਕ ਕੇ ਆਪਾਂ ਜਿੰਨੀ ਮਦਦ ਕਰ ਸਕਦੇ ਸੀ ਉਹਦੇ ਬਾਅਦ ਹਸਪਤਾਲ ਤਾਂ ਹੀ ਪਹੁੰਚਾਇਆ। ਤੇ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਜਿੱਥੇ ਰੋਜ਼ ਐਕਸੀਡੈਂਟ ਹੋ ਰਹੇ ਨੇ ਤੁਸੀਂ ਉੱਥੇ ਘੱਟੋ ਘੱਟ ਟੋਏ ਨੂੰ ਭਰਨ ਦਾ ਕੰਮ ਤਾਂ ਸ਼ੁਰੂ ਕਰੋ। ਖੈਰ, ਹਰਸਿਮਰਤ ਕੌਰ ਬਾਦਲ ਵੱਲੋਂ ਸੜਕ ਤੇ ਜ਼ਖਮੀ ਪਏ ਪਰਿਵਾਰ ਦੀ ਮੁੱਢਲੀ ਸਹਾਇਤਾ ਕਰਨ ਤੋਂ ਬਾਅਦ ਸੂਬਾ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ, ਪਰ ਸੋਸ਼ਲ ਮੀਡੀਆ ਤੇ ਇਸ ਕਾਰਜ ਤੋਂ ਬਾਅਦ ਵੱਖੋ ਵੱਖ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ।